दोस्तों बहुत बहुत स्वागत करते हैं जी एक नवी वीडियो दे विच। ते आज आप थोनू दिखावांगे जी हिंदुस्तान ट्रैक्टर जो कि मॉडिफाई होया है फुली ते किन्होंने करवाया कितों वो जानकारी। ते सत श्री अकाल जी। हाँ जी की नाम है जी अपना? मेजर सिंह सरां जी। ते पिंड एड्रेस? पिंड विरखेड़ा जी। ठीक है। मलोट कोले। हाँ जी। ते ये ट्रैक्टर तैयार करवाउण दा शौक किवें जी? बच्चों नूं बड़ा शौक हुंदा सी वी असीं बाहरले देशों के वेंदे थे भी ट्रैक्टर भी असं भी तैयार करा। मैं भी थोड़ा शौक है तो आप करा लें। ठीक है। हाँ जी पहला अभी फोर ट्रैक्टर कराया ए वाला। हाँ जी। ठीक है। तो फिर वो कहें भी एक ट्रैक्टर होर करा फिर अभी आगे चलो भी पहला नाट ग्यारह का शौक से फिर इन्हों नाट ग्यारह के नहीं फिट बैठा फिर आदि हिंदुस्तान लैना छोटे होंगे बहुत छोटे हम 11-16 वाले बड़े टायर पाए है। ठीक है। BKT दे टायर आए पहली गल फिर बंपर लाया बंपर चेंज किया घोड़ा बंपर आ। सारे मीटर डिजिटल सोनालिका ਦੇ RX ਮਾਡਲ ਦੇ ਲਾਇਆ ਹੈ। ਸਾਰਾ ਕੁਝ ਚੱਲਦਾ ਇਹਦਾ ਡੀਜ਼ਲ ਗੇਜ RPM ਕੱਲੀ ਚੀਜ਼ ਚੱਲਦੀ ਹੈ ਇਹਦੀ। ਤੇ ਇਹ ਪਲੇਟਫਾਰਮ ਤੁਸੀਂ ਤਿਆਰ ਕੀਤਾ ਸਾਰਾ? ਹਾਂਜੀ ਮਤਲਬ ਟੋਟਲੀ ਕੰਮ ਤੁਸੀਂ ਇਸ ਟਰੈਕਟਰ ਦਾ ਤੁਸੀਂ ਕੀਤਾ ਆਪਣੀ ਵਰਕਸ਼ਾਪ ਦੇ ਵਿੱਚ? ਹਾਂਜੀ ਹਾਂਜੀ। ਠੀਕ ਹੈ। ਨਵੇਂ ਮਡਗਾਰਡ ਪਲੇਟਫਾਰਮ ਸੀਟ ਤੇ ਜਿਹੜੇ ਪਿਛਲੇ ਟਾਇਰ ਹੈ ਜੀ ਉਹ ਕੀ ਸਾਈਜ਼ ਦੇ ਪਾਏ ਤੁਸੀਂ? ਇਹ 18-4-30 ਦੇ। 18-4-30 ਦੇ। ਹਾਂਜੀ। ਠੀਕ ਹੈ। ਤੇ ਕੋਈ ਤਿਆਰ ਕਰਨ ਦੇ ਵਿੱਚ ਮੁਸ਼ਕਲਾਂ ਕੀ ਆਈਆਂ ਜੀ? ਪੁਰਾਣਾ ਟਰੈਕਟਰ ਹੈ ਕਿਉਂਕਿ ਕਾਫੀ ਜਗ੍ਹਾ ਤੋਂ ਸਮਾਨ ਇਕੱਠਾ ਕਰਨਾ ਪੈਂਦਾ ਮੁਸ਼ਕਲਾਂ ਤਾਂ ਆਉਣਗੀਆਂ ਹੀ ਆ। ਠੀਕ ਹੈ। ਕੋਈ ਵੱਖਰੀ ਜੀ ਚੀਜ਼ ਦਿਖਾਉਣੀ ਪੈਂਦੀ ਹੈ ਕੋਈ ਨਵੀਂ ਚੀਜ਼ ਤਿਆਰ ਕਰਨ ਵਾਸਤੇ। ਬਿਲਕੁਲ। ਹਾਂਜੀ ਬਾਕੀ ਹੁਣ ਬਹੁਤ ਟਰੈਕਟਰ ਤਿਆਰ ਕਰਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਕਿੱਥੋਂ ਕਿੱਥੋਂ ਸਮਾਨ ਕਿਹਦਾ ਮਿਲਦਾ। ਤੁਸੀਂ ਮੰਨ ਲਓ ਕੋਈ ਕਿਸੇ ਨੇ ਮੰਨ ਲਓ ਕੋਈ ਵੀ ਟਰੈਕਟਰ ਤਿਆਰ ਕਰਾਉਣਾ ਤਾਂ ਤੁਹਾਡੇ ਨਾਲ ਤੁਸੀਂ ਕਰ ਦਿੰਦੇ? ਹਾਂਜੀ ਹਾਂਜੀ ਕੋਈ ਮਰਜ਼ੀ ਹੋਵੇ। ਹਾਂਜੀ ਹਾਂਜੀ ਆਪਣਾ ਕੰਮ 11-11 ਦੀ ਟੈਂਕੀ ਦਾ ਜੀ ਡੀਜ਼ਲ ਟੈਂਕੀ ਦਾ। ਠੀਕ ਹੈ। ਸਪੈਸ਼ਲ ਕੰਮ ਆਪਣਾ। ਠੀਕ ਹੈ। ਆਪਣੀ ਪਹਿਲੇ ਦਿਨ ਤੋਂ ਹੀ ਆਪਣੀ ਟੈਂਕੀ ਬਣਦੀ ਆ। ਪੰਜੌਰ ਜਿੱਥੇ ਟਰੈਕਟਰ ਤਿਆਰ ਹੁੰਦਾ ਸੀ ਉੱਥੋਂ ਤੱਕ ਹੀ ਟੈਂਕੀ ਆਪਣੀ ਗਈ ਆ। ਓਕੇ। ਹਾਂਜੀ ਹਾਂਜੀ। ਤੇ ਮੰਨ ਲਓ ਟਰੈਕਟਰ ਜਿਵੇਂ ਤੁਸੀਂ ਹੁਣ ਇਹ ਟਰੈਕਟਰ ਤਿਆਰ ਕੀਤਾ। ਹਾਂਜੀ। ਇਹਦੀ ਫਿਰ ਤੁਸੀਂ ਆਪਣੇ ਵੱਲੋਂ ਕੀ ਗਰੰਟੀ ਵਾਰੰਟੀ ਦਿੰਦੇ ਹੋ ਜੀ? ਗਰੰਟੀ ਵਾਰੰਟੀ ਜਿਵੇਂ ਹੁਣ ਪੇਂਟ ਹੋਇਆ। ਹਾਂਜੀ। ਵੀ ਪੇਪੜੀ ਨਹੀਂ ਉੱਠੂਗੀ ਜਾਂ ਇਹਨਾਂ ਚੀਜ਼ਾਂ ਦੀ ਜੀ? ਪੇਂਟ ਆਪਾਂ ਕਰਵਾ ਕੇ ਦਿੰਦੇ ਅੱਗੇ ਤੋਂ। ਅੱਗੇ ਤੋਂ ਕਰਵਾ ਕੇ ਦਿੰਦੇ? ਹਾਂਜੀ ਹਾਂਜੀ। ਪਤਾ ਕੀ ਹੈ ਦੇਖੋ ਜੀ ਪੇਂਟ ਹੋਇਆ ਤੁਹਾਡੇ ਅੰਡਰ ਹੀ ਹੋ ਗਿਆ। ਹਾਂਜੀ ਹਾਂਜੀ। ਠੀਕ ਹੈ। ਮੈਂ ਹੁਣ ਕਸਟਮਰ ਕਈ ਆਖਦੇ ਆ ਜੀ 10 ਸਾਲ ਪੇਂਟ ਦਾ ਵੀ ਸਾਨੂੰ ਪੇਪੜੀ ਦੀ 10 ਸਾਲ ਦੀ ਗਰੰਟੀ ਆ। ਗਰੰਟੀ ਦਿੰਨੇ ਹੋ? ਹਾਂਜੀ 10 ਸਾਲ ਦੀ। ਵੀ ਕੱਲ ਨੂੰ ਕੋਈ ਦਿੱਕਤ ਆ ਜੇ ਤਾਂ ਵੀ ਅਸੀਂ ਜ਼ਿੰਮੇਵਾਰ ਹੋਵਾਂਗੇ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਵੀ ਮੰਨ ਲਓ ਹੁਣ ਪੂਰੇ ਟਰੈਕਟਰ ਦਾ ਤੁਸੀਂ ਕੰਮ ਕਰਦੇ ਹੋ ਤਾਂ ਉਹਦੀ ਰਿਸਪੌਂਸਿਬਿਲਟੀ ਵੀ ਤੁਹਾਡੀ ਹੋਊਗੀ। ਹਾਂਜੀ ਹਾਂਜੀ। ਕਿਉਂਕਿ ਜਦੋਂ ਬੰਦਾ ਤੁਹਾਨੂੰ ਤੁਹਾਡੇ ਦੇ ਆਪਣੀ ਗਰੰਟੀ ਦੇ ਅੰਡਰ ਹੀ ਚੱਲਦਾ ਨਾ ਸਾਰਾ ਕੁਝ। ਜੋ ਕੋਈ ਬਾਹਰੋਂ ਚੀਜ਼ ਲਵਾਉਣੀ ਆ ਉਹ ਸਾਰਾ ਗਰੰਟੀ ਦੇ ਅੰਦਰ ਹੀ ਆਪਣੀ ਗਰੰਟੀ ਦੇ ਅੰਡਰ ਹੀ ਚੱਲਦਾ। ਠੀਕ ਹੈ। ਅਗਲੇ ਤੋਂ ਆਪਾਂ ਗਾਂ ਲੈ ਕੇ ਦਿੰਨੇ ਆ ਜ਼ਿੰਮੇਵਾਰੀ ਬਣ ਜਾਂਦੀ ਆ ਤੁਹਾਡੀ। ਬਿਲਕੁਲ ਬਣਦੀ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੈਂ ਡੈੱਕ ਲਵਾਇਆ ਇਹਦੀ ਗਿਆਨੀ ਤੋਂ ਸੰਗਤਪੁਰ ਵਾਲੇ ਤੋਂ ਇਹਦੀ 6 ਮਹੀਨੇ ਦੀ ਗਰੰਟੀ ਆ। ਕੁਛ ਮਰਜ਼ੀ ਹੋ ਜੇ ਮੱਚ ਜੇ ਕਰ ਜੇ ਮਤਲਬ ਚੇਂਜ ਕਰਾ ਕੇ। ਬਿਲਕੁਲ ਬਿਲਕੁਲ ਨਹੀਂ 2 ਸਾਲ ਦੀ ਸਰਵਿਸ ਆ ਇਹਦੀ ਰਿਪੇਅਰ। ਠੀਕ ਹੈ। ਹਾਂ ਸਰਵਿਸ ਕਰਕੇ ਦੇਣਗੇ। ਡੈੱਕ ਦੀ ਵੀ ਸਰਵਿਸ ਹੋਣ ਲੱਗ ਗਈ ਨਾ ਹੁਣ। ਅੱਛਾ। ਹਾਂਜੀ। ਤੇ ਇਹ ਸੀਟ ਬਾਰੇ ਵੀ ਦੱਸੋ ਜੀ ਸਪੈਸ਼ਲ ਸੀਟ ਲਵਾਈ ਹੈ ਤੁਸੀਂ? ਹਾਂ ਸਪੈਸ਼ਲ ਸੀਟ ਲਾਈ ਹੈ ਸੋਨਾਲਿਕਾ ਦੀ ਸਪੈਸ਼ਲ ਸੀਟ ਹੈ। ਐਕਸਪੋਰਟ ਮਾਡਲ ਵਾਲੀ ਨਾ? ਹਾਂਜੀ ਹਾਂਜੀ AC ਕੈਬਨ ਵਾਲੇ ਦੀ ਸੀਟ ਆ ਇਹ। ਬਿਲਕੁਲ ਬਿਲਕੁਲ। ਹਾਂਜੀ। ਤੇ ਪਾਵਰ ਸਟੀਅਰਿੰਗ ਵੀ ਇਹ ਪਹਿਲਾਂ ਤੋਂ ਹੀ ਟਰੈਕਟਰ ਜਾਂ ਤੁਸੀਂ ਕੀਤਾ ਜੀ? ਪਾਵਰ ਸਟੀਅਰਿੰਗ ਪਹਿਲਾਂ ਆ ਗਿਆ ਸੀ ਮੇਰੇ ਕੋਲ, ਹੋ ਗਿਆ ਸੀ ਪਹਿਲਾਂ ਤੁਹਾਡੇ ਕੋਲੇ ਆਉਣ ਤੋਂ ਪਹਿਲਾਂ। ਹਾਂ ਹੋ ਗਿਆ ਸੀ। ਟਾਇਰ ਬੜੇ ਜ਼ਬਰਦਸਤ ਲੱਗਦੇ ਆ ਜੀ। ਹਾਂਜੀ। ਹਾਂ ਹਾਂਜੀ। ਇਹ ਦੇਖੋ ਜੀ ਟਾਇਰ ਕਿੰਨੇ, ਸਭ ਤੋਂ ਵੱਡੇ ਟਾਇਰ ਆ ਮੂਹਰਲੇ ਇਹ 11-16 ਦੇ।
ਤੇ ਹੁੱਕ ਹੱਕ ਵਗੈਰਾ ਲੈਂਕਾਂ ਵਗੈਰਾ ਚੇਂਜ ਕੀਤੀਆਂ ਸਾਰੀਆਂ ਜੌਨ ਡੀਅਰ ਦੀਆਂ ਹੈ ਲੈਂਕਾਂ ਲਾਉਣਾ ਇਹਦੇ ਠੀਕ ਹੈ ਛੋਟੀਆਂ ਕਰਕੇ ਓਕੇ ਓਕੇ ਹਾਂਜੀ ਹਾਂਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਇਹ ਇਹਨਾਂ ਦਾ ਕੰਟੈਕਟ ਨੰਬਰ ਹੈ ਜੀ ਤੁਸੀਂ ਇੱਥੇ ਵੀ ਇਹਨਾਂ ਨੂੰ ਕੋਈ ਵੀ ਟਰੈਕਟਰ ਮੋਡੀਫਿਕੇਸ਼ਨ ਕਰਾਉਣੀ ਹੈ ਤੁਸੀਂ ਇਹਨਾਂ ਨਾਲ ਗੱਲ ਇਹਨਾਂ ਦਾ ਹੈ ਜੀ ਤੁਸੀਂ ਗੱਲ ਕਰਨੀ ਹੋਵੇ ਤਾਂ ਇਸ ਨੰਬਰ 'ਤੇ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਅਤੇ ਇਹ ਤੁਸੀਂ ਦੇਖ ਸਕਦੇ ਹੋ ਜੀ ਫਲੈਟ ਫਲੈਟ ਪਲੇਟਫਾਰਮ ਦੇ ਵਿੱਚ ਤਿਆਰ ਹੋਇਆ ਟਰੈਕਟਰ ਸਾਰਾ ਬਹੁਤ ਸੋਹਣਾ ਤਿਆਰ ਹੋਇਆ ਹੈਗਾ ਪੇਂਟ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕੁਆਲਿਟੀ ਹੈ ਪੇਂਟ ਦੀ ਠੀਕ ਹੈ ਜੀ ਅਤੇ ਇਹ ਤੁਸੀਂ ਦੇਖੋ ਇੱਧਰੋਂ ਮੰਨ ਲਓ ਵੀ ਪੂਰਾ ਰੀਝਾਂ ਨਾਲ ਤਿਆਰ ਕੀਤਾ ਹੈਗਾ ਇਹ ਛਤਰੀ ਵਗੈਰਾ ਤੁਸੀਂ ਦੇਖ ਸਕਦੇ ਹੋ ਜੀ ਅਤੇ ਇਹ ਇਹ ਇਹਨਾਂ ਜਿਨ੍ਹਾਂ ਨੇ ਬਾਈ ਹੋਰਾਂ ਨੇ ਤਿਆਰ ਕਰਵਾਇਆ ਹੈਗਾ ਉਹਨਾਂ ਕੋਲ ਦੋ ਹੈ ਇੱਕ ਇਹ ਹੈ ਇਹ ਵੀ ਬਹੁਤ ਸੋਹਣਾ ਫੋਟੋ ਤਿਆਰ ਹੋਇਆ ਹੈਗਾ ਫਰੰਟ ਦੇ ਵਿੱਚ ਇਹਦੇ ਅਲੋਏ ਲੱਗੇ ਹੈ ਅਤੇ ਪਿਛਲੇ ਟਾਇਰ ਬੀ ਕੇ ਟੀ ਦੇ ਰੇਡੀਅਲ ਇਹਦੇ ਪਾਏ ਹੋਏ ਹੈ ਅਤੇ ਇਹ ਵੀ ਟਰੈਕਟਰ ਕਾਫੀ ਵਧੀਆ ਸੋਹਣਾ ਤਿਆਰ ਹੋਇਆ ਹੈਗਾ ਇਹਦਾ ਰੂਫ ਤੁਸੀਂ ਦੇਖ ਸਕਦੇ ਹੋ ਇਹ ਦੇਖ ਸਕਦੇ ਹੋ ਕਰੋਮ ਦਾ ਵੀ ਕਾਫੀ ਕੰਮ ਹੋਇਆ ਇਹਦੇ ਵਿੱਚ ਅਤੇ ਬਾਕੀ ਦੋਨੇ ਟਰੈਕਟਰ ਬਹੁਤ ਸੋਹਣੇ ਤਿਆਰ ਹੋਏ ਹੈ ਜੀ ਠੀਕ ਹੈ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਜ਼ਰੂਰ ਦੱਸਿਓ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਪੇਜ ਨੂੰ ਅਤੇ ਆਪਣੇ ਯੂਟਿਊਬ ਚੈਨਲ ਨੂੰ ਫੋਲੋ ਕਰਿਓ ਥੈਂਕ ਯੂ ਜੀ